वजह यह इमरान खान जरा ना इंसाफ का अमल सही कर रहा है। अमल किया इंसाफ इंसाफ का अमल की अमल कर रहा है दसो ना कि इंसाफ का अमल सही किया वड्या फड़ के डकदा पाया और की करना तो मतलब उन्हें 30-30 साल वो की है वो पुराने सन नवाज शरीफ साहब है जोड़े ने नवे ने तो सारी गल एक नवी चीज़ को स्टार्ट करते हैं थोड़ा जहा टाइम लगता है कि फिर वोट है चोर नहीं है कहू तो सारे चोर ने कभी किसी कही है चोर हूँ नवाज शरीफ भी तो वजीर आजम से वो भी कह सकता सी भी चोर ने बाकी वक्त के नाल हर कोई जड़ा वे हूँ आता वे वो अपने आप को अच्छा साबित करने की कोशिश करता बिल्कुल असं वोटर हाँ बड़ी खानदान के लेकिन बड़ी खानदान भी नज़र उदो ही आता जो वोट लैन वास्ते आते हैं। अस्सलाम वालेकुम। वालेकुम सलाम। अच्छा अंकल जी इलेक्शन आ रहे थोड़े हल्के से पी टी आई वोट दोगे या नून लीग को अपनी जमात भी फड़िया जहांगीरी फड़िया ਕਿਦੋਂ ਫਿਰ ਛੱਡ ਦਿੱਤਾ ਫਿਰ ਛੱਡ ਦਿੱਤਾ ਠੀਕ ਹੈ ਤੇ ਨੂਨ ਲੀਗ ਨੂੰ ਕਿਉਂ ਨਹੀਂ ਤੁਸੀਂ ਪਸੰਦ ਕਰਦੇ ਨੂਨ ਲੀਗ ਨੂੰ ਪਸੰਦ ਕਰਦੇ ਆ ਨੂਨ ਲੀਗ ਨੂੰ ਵੀ ਕਰਦੇ ਹੋ ਤੁਹਾਡੇ ਹਲਕੇ 'ਚ ਕੰਮ ਕਿੰਨੇ ਜ਼ਿਆਦਾ ਕਰਵਾਏ ਨੇ ਨੂਨ ਲੀਗ ਨੇ ਜਾਂ ਪੀ ਟੀ ਆਈ ਨੇ ਨੂਨ ਲੀਗ ਨੇ ਕਰਾਏ ਨੇ ਪਹਿਲੇ ਅੱਛਾ ਹਾਂਜੀ ਹੁਣ ਪੀ ਟੀ ਆਈ ਵੀ ਕਰਾ ਰਹੀ ਹੈ ਠੀਕ ਹੈ ਹਾਂਜੀ ਤੇ ਮਹਿੰਗਾਈ ਤੇ ਬਿਜਲੀ ਦੁਬਾਰਾ ਜਾਣ ਲੱਗ ਪਈ ਇਸ ਬਾਰੇ ਕੀ ਖਿਆਲ ਇਹ ਤਾਂ ਹਰ ਹਕੂਮਤ 'ਚ ਹੋਣਾ ਹਾਂਜੀ ਨਹੀਂ ਉਹਨਾਂ ਨੇ ਤਾਂ ਠੀਕ ਨਹੀਂ ਸੀ ਕੀਤੀ उन्होंने की थी ठीक जब उन्होंने हुकूमत खत्म होने आई तो फिर उत्थे तेल आ गया सी। जब भाई जी ना इलेक्शन आ रहे थोड़े हल्के जी 28 जुलाई नु केड़ी जमात नु सपोर्ट कर रहे हो नून लीग या पी टी आई सपोर्ट ते फिलहाल किसी नु नहीं कर क्यों इदी की वजह इदी है वजह के वोट ला लेंदे ना तो परत के नजर नहीं आंदा किते ठीक लेकिन थोड़े हल्के ते लोग ते कहंदे ने बरियो खानदान ने बड़े जे काम करवाए ने थोड़े हल्के दे विच बिल्कुल असी वोटर हां बरियो खानदान दे लेकिन ਬੜੀ ਉਹ ਖਾਨਦਾਨ ਵੀ ਨਜ਼ਰ ਉਦੋਂ ਹੀ ਆਉਂਦਾ ਜਦੋਂ ਵੋਟ ਲੈਣ ਵਾਸਤੇ ਆਉਂਦੇ ਲੇਕਿਨ ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਡੇਰੇ ਦੇ ਦਰਵਾਜ਼ੇ ਨੇ 24 ਘੰਟੇ ਖੁੱਲੇ ਰਹਿੰਦੇ ਨੇ ਬਿਲਕੁਲ ਖੁੱਲੇ ਰਹਿੰਦੇ ਹੋਣਗੇ ਸਿਆਸੀ ਲੋਕਾਂ ਵਾਸਤੇ ਸਾਡੇ ਵਾਸਤੇ ਤੇ ਨਹੀਂ ਆਮ ਬੰਦੇ ਵਾਸਤੇ ਅੱਛਾ ਠੀਕ ਤੇ ਪੀ ਟੀ ਆਈ ਨੂੰ ਸਪੋਰਟ ਕਿਉਂ ਨਹੀਂ ਤੁਸੀਂ ਕਰ ਰਹੇ ਪੀ ਟੀ ਆਈ ਨੇ 3 ਸਾਲ ਹੋ ਗਏ ਨੇ ਤੁਹਾਡੇ ਹਲਕੇ 'ਚ ਕੋਈ ਕੰਮ ਸ਼ਾਮ ਨਹੀਂ ਕਰਵਾਇਆ ਫਿਲਹਾਲ ਤਾਂ ਕੋਈ ਨਜ਼ਰ ਨਹੀਂ ਆਉਂਦਾ ਪਿਆ ਪੀ ਟੀ ਆਈ ਦਾ ਵੀ ਕੰਮ ਸ਼ਾਮ ਉਹ ਤਾਂ ਕਹਿੰਦੇ ਨੇ ਉਸਮਾਨ ਡਾਰ ਸਾਹਿਬ ਕੇ ਸਿਆਲਕੋਟ 'ਚ ਮਸਾਲੀ ਕੰਮ ਕਰਵਾਏ ਨਹੀਂ ਉਸਮਾਨ ਡਾਰ ਸਾਹਿਬ ਸਿਆਲਕੋਟ 'ਚ ਨੇ ਇੱਥੇ ਸਾਡੇ ਹਲਕੇ 'ਚ ਇਹ ਵੀ ਸਿਆਲਕੋਟ 'ਚ ਹੀ ਆਉਂਦਾ ਨਾ ਵੈਸੇ ਨਹੀਂ ਹਲਕਾ ਤੇ ਦੂਸਰਾ ਤਾਂ ਕੋਈ ਕੰਮ ਸ਼ਾਮ ਨਹੀਂ ਹੋਇਆ ਸਰ ਜੀ ਇਲੈਕਸ਼ਨ ਆ ਰਿਹਾ ਤੁਹਾਡੇ ਹਲਕੇ 'ਚ ਹਾਂਜੀ ਕਿਹਨੂੰ ਵੋਟ ਦੇਣਾ ਨੂਨ ਲੀਗ ਨੂੰ ਜਾਂ ਪੀ ਟੀ ਆਈ ਨੂੰ ਭਾਜੀ ਆਹਾਂ ਵੋਟ ਦੇ ਜਿਹੜੇ ਕੁਝ ਅੱਛੇ ਕੰਮ ਕਰ ਰਹੀ ਆਪਣੇ ਇਲਾਕੇ ਦੇ ਵਿੱਚ ਉਹਨੂੰ ਜ਼ਿਆਦਾ ਸਪੋਰਟ ਕਰਾਂਗੇ ਠੀਕ ਤਾਂ ਕੌਣ ਅੱਛੇ ਕੰਮ ਕਰ ਰਿਹਾ ਤੁਹਾਡੇ ਇਲਾਕੇ 'ਚ ਸਾਡੇ ਇਲਾਕੇ 'ਚ ਤਾਂ ਫਿਲਹਾਲ ਨਵਾਜ਼ ਸ਼ਰੀਫ ਜੀ ਸੀ ਸਹੀ ਉਹ ਹੀ ਕੰਮ ਕਰ ਰਿਹਾ ਸੀ ਬਾਕੀ ਰਹੀ ਗੱਲ ਹੁਣ ਵਕਤ ਦੇ ਨਾਲ ਹਰ ਕੋਈ ਫਿਰ ਪਤਾ ਲੈ ਹਕੂਮਤ ਚੱਲਦੀ ਪਈ ਹੈ ਹਕੂਮਤ ਦੇ ਨਾਲ ਵੀ ਚੱਲਣਾ ਚਾਹੀਦਾ ਬੰਦੇ ਨੂੰ ਪੀ ਟੀ ਆਈ ਨੇ ਕੋਈ ਕੰਮ ਨਹੀਂ ਕੀਤਾ ਤੁਹਾਡੇ ਲਈ ਪੀ ਟੀ ਆਈ ਵੀ ਅੱਛਾ ਕੰਮ ਕਰ ਰਹੀ ਹੈ ਕੀ ਕੰਮ ਕਰ ਰਹੀ ਹੈ ਰੋਡ ਸ਼ੋਰ ਦੇ ਕੋਈ ਲਾ ਰਹੀ ਹੈ ਸਿਸਟਮ ਕਈ ਜਿੱਥੇ ਦਾ ਵੇਖਿਆ ਮੰਡੀ ਵਾਲਾ ਰੋਡ ਹੈ ਉਹ ਵੀ ਉਹਨੇ ਬਣਾ ਰਹੀ ਹੈ ਮਤਲਬ ਸੈੱਟ ਕੀਤਾ ਜੋ ਸਹੀ ਹਾਂ ਕਿੰਨੂੰ ਦਿਓਗੇ ਫਿਰ ਵੋਟ ਪੀ ਟੀ ਆਈ ਹਾਂ ਕਈ ਵਾਸੀ ਵੋਟ ਵਾਸੀ ਨੂੰ ਦਿਓਗੇ ਕਿ ਉਹ ਤਾਂ ਚੋਰ ਨਹੀਂ ਹਾਂ ਕਹਿਣੂ ਤਾਂ ਸਾਰੇ ਚੋਰ ਨੇ ਕਿ ਕਿਸੇ ਨੂੰ ਕਹੀਏ ਚੋਰ ਨਹੀਂ ਸਾਰੇ ਆਪਣੀ ਜਗ੍ਹਾ ਤੇ ਬਿਹਤਰ ਇਮਰਾਨ ਖਾਨ ਸਾਹਿਬ ਤੁਹਾਡੇ ਵਜ਼ੀਰ ਆਜ਼ਮ ਨੇ ਉਹ ਕਹਿੰਦੇ ਨੇ ਕਿ ਨੂਨ ਲੀਗ ਵਾਲੇ ਚੋਰ ਨੇ ਹੁਣ ਨਵਾਜ਼ ਸ਼ਰੀਫ ਵੀ ਤੇ ਉਦੋਂ ਵਜ਼ੀਰ ਆਜ਼ਮ ਸੀ ਤੇ ਉਹ ਵੀ ਕਹਿ ਸਕਦਾ ਸੀ ਇਹ ਵੀ ਚੋਰ ਨੇ ਬਾਕੀ ਵਕਤ ਦੇ ਨਾਲ ਹਰ ਕੋਈ ਜਿਹੜਾ ਵੇ ਹੁਣ ਆਉਂਦਾ ਵੇ ਉਹ ਆਪਣੇ ਆਪ ਨੂੰ ਅੱਛਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਠੀਕ ਹੋ ਗਿਆ ਲਿਆਜ਼ਾ ਸਾਡੀ ਨਜ਼ਰ ਦੇ ਵਿੱਚ ਇਹ ਵਜ਼ੀਰ ਆਜ਼ਮ ਨੇ ਇੱਜ਼ਤ ਦੇ ਲਾਇਕ ਨੇ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਨੇ ਤੁਹਾਨੂੰ ਪਤਾ ਠੀਕ ਹੈ ਹਾਂ ਤੇ ਉਹ ਨਵਾਜ਼ ਸ਼ਰੀਫ ਸੀ ਪਹਿਲਾਂ ਵਜ਼ੀਰ ਆਜ਼ਮ ਸੀ ਤੇ ਉਹਦੀ ਵੀ ਇੱਜ਼ਤ ਕਰਦੇ ਹਾਂ ਵੋਟ ਵੋਟ ਤਾਂ ਸਿੱਧੀ ਗੱਲ ਹੈ ਜਦੋਂ ਸਾਡੇ ਲੱਗ ਨਹੀਂ ਹਾਲਾਤ ਕਿਤੇ ਦੋ 'ਚ ਠੀਕ ਸਨ ਨੂਨ ਲੀਗ ਦੇ ਜਾਂ ਹੁਣ ਪੀ ਟੀ ਆਈ ਦੇ ਹਾਲਾਤ ਤੁਹਾਡੇ ਸਾਹਮਣੇ ਹਰ ਬੰਦਾ ਪਰੇਸ਼ਾਨ ਹੈ ਸਾਰੀ ਗੱਲ ਹੈ ਜਦੋਂ ਪਰੇਸ਼ਾਨ ਹੋਏਗਾ ਤਾਂ ਫਿਰ ਉਹਨੂੰ ਤਰਜੀਹ ਦੇਗਾ ਜਿਹਦੇ ਵਕਤ 'ਚ ਬਾਕੀ ਵਕਤ ਦੇ ਨਾਲ ਹਰ ਚੀਜ਼ ਜਿਹੜੀ ਹੈ ਉਹ ਹੁੰਦੀ ਹੈ ਮਹਿੰਗੀ ਹੋ ਰਹੀ ਹੈ ਹੁਣ ਇਹ ਗੱਲ ਹੈ ਹਕੂਮਤ ਦਾ ਹਕੂਮਤ ਦੇ ਵਿਚਾਰੀ ਗੱਲ ਕੀ ਕਰੇ ਬੰਦਾ ਹਰ ਬੰਦਾ ਹੀ ਮਜਬੂਰ ਹੈ ਤਬਦੀਲੀ ਨਹੀਂ ਆਈ ਕੋਈ ਤਬਦੀਲੀ ਬਸ ਛੱਡੋ ਤਬਦੀਲੀ ਤਬਦੀਲੀ ਮਜ਼ਾ ਆ ਰਿਹਾ ਹਰ ਬੰਦਾ ਮਜਬੂਰ ਹੋ ਕੇ ਪਰੇਸ਼ਾਨ ਹੋ ਕੇ ਕਹਿ ਰਿਹਾ ਕਿ ਤਬਦੀਲੀ ਹੈ ਤਾਂ ਹੀ ਤਬਦੀਲੀ ਹੁੰਦੀ ਹੈ ਹੋਰ ਕੀ ਹੈ ਠੀਕ ਹੈ ਕਿ ਹਰ
हालात बदलते हैं पे, परेशान इंसान होता पे हर लिहाज हर बंद ठीक है। ठीक है, तो इमरान खान साहब ने कहा मैं नवा पाकिस्तान बनावा बन गए। हूँ इमरान खान साहब जे जारी गल उन्होंने स्टार्ट किया काम 3 साल हो गए ने, 2 साल रह गए तो मतलब उन्हें 30-30 साल वो की है। वो पुराने सन नवाज शरीफ साहब है जड़े ने नवे ने, तो जारी गल एक नवी चीज़ को स्टार्ट करते हैं थोड़ा जहा टाइम लगता है। सही है, तो लिहाजा साड़ी नज़र जो भी इस टाइम नज़र आ रहा सानू जैसी गल है कि वो आसा आसा एक स्टेप बाय स्टेप चल रहे हैं, तो हो सकता है बेहतर लै जाए 2 साल जी हालात ठीक हो जाएंगे। अगर है 3 सालों के उम्मीद नहीं नज़र आ रही तो हो सकता है फिर स्टेप बाय स्टेप जरा अगो तो उम्मीद नज़र आ जाए। एक बुरे वक्त तो बाद एक अच्छा वक्त की उम्मीद रखनी चाहिए इंसान। ठीक है, हाँ जी। तो वैसे नून लीग नूं वोट देना? मैं नून लीग दा सपोर्ट बोल रहा।